ਜਿਹੜੀਆਂ ਕੁੜੀਆਂ ਜੰਤਰ ਮੰਤਰ ਦੇ ਚੱਕ ਕੇ ਉਹਨਾਂ ਦਾ ਟੈਂਟ ਪਟਤਾ ਇਹ ਗੱਲ ਨਵੀਂ ਉੱਠੀ ਉਹ ਗ੍ਰਿਫਤਾਰ ਕਰਦੇ ਆ ਉਹਨਾਂ ਤੇ ਹੁਣ ਪਰਚੇ ਦਰਜ ਕਰੂਗੀ ਬੀਜੇਪੀ ਬਜਾਏ ਬਿਰਜ ਭੂਸ਼ਣ ਨੂੰ ਗ੍ਰਿਫਤਾਰ ਕਰਨ ਦੇ ਜਿਹੜੀਆਂ ਕੁੜੀਆਂ ਤੇ ਅਤਿਆਚਾਰ ਹੋਇਆ ਉਹਨਾਂ ਨੂੰ ਗ੍ਰਿਫਤਾਰ ਕਰੂਗੀ ਆਪਦੇ ਪੁਰਾਣੇ ਖਾਸੇ ਦੀ ਮੁਤਾਬਕ ਐਸੇ ਤਰ੍ਹਾਂ ਕਰਦੇ ਰਹੇ ਹੈ ਲਖਮਪੁਰ ਖੀਰੀ ਦੇ ਵਿੱਚ ਕਾਤਲਾਂ ਨੂੰ ਵੀ ਨਿਯੰਤਰ ਕੀਤਾ ਸਗੋਂ ਜਿਹੜੇ ਬੰਦਿਆਂ ਦੇ ਕਤਲ ਹੋਏ ਉਹ ਪ੍ਰਚਾਰ ਕਿਸਾਨਾਂ ਫੜ ਕੇ ਅੰਦਰ ਕਰ ਇਸੇ ਤਰ੍ਹਾਂ ਆਪਣੇ NRC ਵੇਲੇ ਮੁਸਲਮਾਨਾਂ ਨੂੰ ਅੰਦਰ ਕੀਤਾ ਜਿਨ੍ਹਾਂ ਨੇ ਅਤਿਆਚਾਰ ਕੀਤਾ ਉਹਨਾਂ 'ਤੇ ਉਹਨਾਂ ਨੂੰ ਵੀ ਅੰਦਰ ਕੀਤਾ ਨਾ ਉਹ ਮੰਤਰੀ ਨਿਰਾਰਥਕ 'ਤੇ ਕੋਈ ਕਾਰਵਾਈ ਹੋਈ ਜਿਹੜੀ ਇਸੇ ਤਰ੍ਹਾਂ ਹੀ ਇਹ ਹਰ ਵਾਰ ਐਂ ਕਰਦੇ ਨੇ ਆਵਾਜ਼ ਉਠਾਉਂਦੇ ਹੈ ਉਹੋ ਦੇ ਸਿਲਸਿਲੇ ਵਿੱਚ ਹੀ ਉਹਨਾਂ ਤੋਂ ਪੁੱਛਗਿੱਛ ਹੋਈ ਹੈ ਕਿਉਂਕਿ ਉਹ ਹਰ ਜਗ੍ਹਾ ਤੇ ਚਾਹੇ ਉਹ ਲਿੰਚਿੰਗ ਦੇ ਕੇਸ ਸੀ ਚਾਹੇ ਉਹ ਕਿਸਾਨਾਂ ਦੇ ਕੇਸ ਹੈ ਚਾਹੇ ਉਹ ਜਿਹੜਾ ਸੀਗਾ ਸਿਟੀਜ਼ਨ ਅਮੈਂਡਮੈਂਟ ਬਿੱਲ ਸੀਗਾ ਉਹਦੀ ਗੱਲਾਂ ਸੀਗੀਆਂ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਉਹ ਗੱਲਾਂ ਉਠਾਉਂਦੇ ਰਹੇ ਹੈ ਤੇ ਉਹਦੇ ਉਹੀ ਉਹਨਾਂ ਦਾ ਜੁਰਮ ਹੈ ਦੇਖੋ ਅੱਜ ਦਾ ਜਿਹੜਾ ਲੀਕਿਆ ਪ੍ਰੋਗਰਾਮ ਹੈ ਲੀਕੇ ਪ੍ਰੋਗਰਾਮ ਦੇ ਮੁਤਾਬਕ ਸਾਡੀ ਹੁਣ ਸਮਾਪਤੀ ਆ ਕਿਉਂਕਿ ਅਸੀਂ ਮੰਗ ਪੱਤਰ ਦੇਣ ਆਏ ਸੀ ਉਹ ਦੋ ਮੰਗਾਂ ਦੇ ਉੱਤੇ ਉਹ ਅਸੀਂ ਮੰਗ ਪੱਤਰ ਅਧਿਕਾਰੀ ਨੂੰ ਦੇ ਚੁੱਕੇ ਹਾਂ ਦੂਜੀ ਗੱਲ ਨਵੀਂ ਉੱਠੀ ਹੈ ਜਿਹੜੀਆਂ ਕੁੜੀਆਂ ਜੰਤਰ ਮੰਤਰ 'ਚ ਚੱਕ ਕੇ ਉਹਨਾਂ ਦਾ ਟੈਂਟ ਪਟਤਾ ਇਹ ਗੱਲ ਨਵੀਂ ਉੱਠੀ ਉਹ ਗ੍ਰਿਫਤਾਰ ਕਰਦੇ ਆ ਉਹਨਾਂ 'ਤੇ ਹੁਣ ਪਰਚੇ ਦਰਜ ਕਰੂਗੀ ਬੀਜੇਪੀ ਬਜਾਏ ਬਿਰਜ ਭੂਸ਼ਣ ਨੂੰ ਗ੍ਰਿਫਤਾਰ ਕਰਨ ਦੇ ਜਿਹੜੀਆਂ ਕੁੜੀਆਂ 'ਤੇ ਅਤਿਆਚਾਰ ਹੋਇਆ ਉਹਨਾਂ ਨੂੰ ਗ੍ਰਿਫਤਾਰ ਕਰੂਗੀ ਆਪਦੇ ਪੁਰਾਣੇ ਖਾਸੇ ਦੀ ਮੁਤਾਬਕ ਐਸੇ ਤਰ੍ਹਾਂ ਕਰਦੇ ਰਹੇ ਹੈ ਲਖਮਪੁਰ ਖੀਰੀ ਦੇ ਵਿੱਚ ਕਾਤਲਾਂ ਨੂੰ ਵੀ ਨਿਯੰਤਰ ਕੀਤਾ ਸਗੋਂ ਜਿਹੜੇ ਬੰਦਿਆਂ ਦੇ ਕਤਲ ਹੋਏ ਉਹ ਪ੍ਰਚਾਰ ਕਿਸਾਨਾਂ ਫੜ ਕੇ ਅੰਦਰ ਕਰਤੇ ਇਸੇ ਤਰ੍ਹਾਂ ਆਪਣੇ NRC ਵੇਲੇ ਮੁਸਲਮਾਨਾਂ ਨੂੰ ਅੰਦਰ ਕੀਤਾ ਜਿਨ੍ਹਾਂ ਨੇ ਅਤਿਆਚਾਰ ਕੀਤਾ ਉਹਨਾਂ 'ਤੇ ਉਹਨਾਂ ਨੂੰ ਵੀ ਅੰਦਰ ਕੀਤਾ ਨਾ ਉਹ ਮੰਤਰੀ ਨਿਰਾਰਥਕ 'ਤੇ ਕੋਈ ਕਾਰਵਾਈ ਹੋਈ ਜਿਹੜੀ ਇਸੇ ਤਰ੍ਹਾਂ ਹੀ ਇਹ ਹਰ ਵਾਰ ਐਂ ਕਰਦੇ ਨੇ ਇਹਨਾਂ ਕੁੜੀਆਂ ਨੇ ਕਿਹਾ ਸੀ ਵੀ ਜੇ ਸਾਨੂੰ ਇਨਸਾਫ਼ ਨਹੀਂ ਤੁਸੀਂ ਦੇ ਸਕਦੇ ਤਾਂ ਸਾਨੂੰ ਹੀ ਅੰਦਰ ਕਰ ਦਿਉ ਉਹਨਾਂ ਨੇ ਉਹਨਾਂ ਦੀ ਉਹ ਮੰਗ ਇੱਕ ਮੰਗ ਤਾਂ ਪੂਰੀ ਕਰਤੀ ਕਿਸਾਨ ਮੋਰਚੇ ਦੀਆਂ ਮੰਗਾਂ ਦਾ ਅੱਜ ਦਾ ਪ੍ਰੋਟੈਸਟ ਨਹੀਂ ਹੈ ਉਹ ਤੁਸੀਂ ਕੱਲ੍ਹ ਨੂੰ ਮਿਲ ਲਿਓ ਪਟਿਆਲੇ ਆਪਾਂ ਗੱਲ ਕਰ ਲਾਂਗੇ ਜਿੰਨੀਆਂ ਮੰਗਾਂ 'ਤੇ ਅੱਜ ਪ੍ਰੋਟੈਸਟ ਹੈ ਅਸੀਂ ਉਹਨਾਂ 'ਤੇ ਗੱਲ ਕਰਨੀ ਚਾਹੁੰਦੇ ਸਿਰਫ ਕਿਉਂਕਿ ਆਪਣੀ ਗੱਲ ਉਹਦੇ 'ਚ ਗੁੜ ਜੂਗੀ ਕੱਲ੍ਹ ਨੂੰ ਆ ਜਾਓ ਕੱਲ੍ਹ ਨੂੰ ਕਰ